गौड़ी ग्वारेरी महला पंजवा जिन कीता माटी ते रतन गर्भ मैं राख्या जिन कर जतन। जिस परमेश्वर ने पंजा तत्ता रूप मिट्टी तो अमोलक रतन रूप मनुखा जन्म पैदा कीता है, जिस परमेश्वर ने अपने जतन करके जीव नूं माता दे उदर विच रखना कीता है, जिस परमेश्वर ने मां दे उदर विच हाथ दे के रखिया, कहने बंदिया तू उहदी प्राप्ति का जतन कर। आम तौर ते कई गल्लां तों अपने विच रोकिया जांदा कि जे किसी ने कोई दस दिए भी आह अभ्यास कर लो, फिर वह लोग कहने वो फलाना बंदा शब्द दिंदा है। नहीं, शब्द दिंदा नहीं हुंदा कोई। जानकार है डॉक्टर दवाइया का, मेडिकल स्टोर है बहुत वड्डा, डॉक्टर लिख के दिंदा आ दवाई दे दो, फिर स्टोर आले दे देंदे ने। अपनी मर्जी नाल चुक के दवाई खानी बहुत नुकसानदेह हो सकती। हुण सतगुरु महाराज सच्चे पातशाह जिहड़ा भी कोई शब्द दसदे ने वह कदे ना कदे किसी कार्ज लई उचारिया है। जे असी नहीं दसदे तां लोकी फिर होर पासे नूं दौड़ पैंदे ने। कई चीज़ां मेरे भी ਇਹ ਨਹੀਂ ਕਿ ਸਾਨੂੰ ਸੋਝ ਹੀ ਨਹੀਂ ਹੈ ਕਿਸੇ ਗੱਲ ਦੀ ਜਾਂ ਸਾਨੂੰ ਪਤਾ ਨਹੀਂ ਹੈ। ਇੰਨੀ ਜ਼ਿੰਦਗੀ ਲੰਘ ਗਈ ਅਤੇ ਇੰਨਾ ਤਜਰਬਾ ਕਰਦਿਆਂ ਕਰਦਿਆਂ ਇੱਕ ਚੀਜ਼ ਸਾਹਮਣੇ ਵੀ ਆਪਣੀ ਕੌਮ ਨੂੰ ਰੋਕਣਾ ਕਿਵੇਂ ਹੈ, ਇਹਨੂੰ ਸਾਂਭਣਾ ਕਿਵੇਂ ਹੈ, ਕਿਉਂਕਿ ਇਹ ਤਾਂ ਜਿਹੇ ਜਿਹੇ ਬਣ ਕੇ ਫਿਰ ਉਹੋ ਜਿਹੇ ਢੰਗ ਨਾਲ ਚੱਲਣਾ ਪੈਂਦਾ। ਫਿਰ ਇੱਕ ਸਿੰਘ ਨੇ ਮੈਨੂੰ ਦੱਸਿਆ ਇਹ ਗੱਲ ਧਿਆਨ ਦੇ ਨਾਲ ਵੀ ਤੁਸੀਂ ਥੋੜ੍ਹਾ ਜਿਹਾ ਸੰਗਤ ਨੂੰ ਦੱਸ ਦਿਆ ਕਰੋ ਵੀ ਆਹ ਸ਼ਬਦ ਭਾਈ ਇਸ ਕੰਮ ਵਾਸਤੇ ਹੈ, ਅਭਿਆਸ ਕਰ ਲਓ। ਇਹ ਗੁਰੂ ਸਾਹਿਬ ਨੂੰ ਆਪ ਵੀ ਪੁੱਛਿਆ ਸੀਗਾ ਰੱਬ ਦੇ ਪਿਆਰਿਆਂ ਨੇ। ਮਹਾਰਾਜ ਕਈ ਵਾਰੀ ਕੋਈ ਔਂਕੜ ਆ ਜਾਂਦੀ, ਕਈ ਵਾਰ ਕੋਈ ਮਾਇਆ ਦੀ ਘਾਟ ਹੋ ਗਈ, ਕਦੇ ਕੋਈ ਮੁਸੀਬਤ ਆ ਗਈ, ਕਦੇ ਕੋਈ ਬਿਮਾਰੀ ਆ ਜਾਂਦੀ, ਕਦੇ ਉਹ ਫਿਰ ਕੀ ਕਰਿਆ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਤਰ੍ਹਾਂ ਦਾ ਸ਼ਬਦ ਪੜ੍ਹ ਲਿਆ ਕਰੋ, ਉਸ ਤਰ੍ਹਾਂ ਦਾ ਸ਼ਬਦ ਪੜ੍ਹਨ ਨਾਲ ਮੈਂ ਫਿਰ ਉਹੀ ਕਿਰਪਾ ਕਰ ਦਿੰਦਾ, ਕਿਉਂਕਿ ਸ਼ਬਦ ਰੂਪ ਵਿੱਚ ਮੈਂ ਹੀ ਹਾਂ। ਤੁਸੀਂ ਜਿਹਾ ਜਿਹਾ ਸ਼ਬਦ ਪੜ੍ਹੋਗੇ ਤੁਹਾਡੀ ਭਾਵਨਾ ਅਨੁਸਾਰ ਮੈਂ ਉਹੋ ਜਿਹੇ ਕਰਮ ਕਰ ਦੇਣਾ ਹੁੰਦਾ। ਇਹ ਅਭਿਆਸੀਆਂ ਨੇ ਪੁੱਛਿਆ ਮਹਾਰਾਜ ਦਸਵੇਂ ਪਾਤਸ਼ਾਹ ਰੱਬ ਦੇ ਪਿਆਰਿਆਂ ਨੇ ਜਿਹੜੀ ਗੱਲ ਹੈ ਸਹੀ ਤੇ ਸੋਲਿਡ, ਬਾਕੀ ਤਾਂ ਆਪਣੀਆਂ ਥੱਲੇ ਥੱਲੇ ਮਰਜ਼ੀਆਂ ਨਾਲ ਜੋ ਮਰਜ਼ੀ ਕੋਈ ਕਰੀ ਜਾਵੇ। ਸੋ ਕਹਿਣ ਤੋਂ ਭਾਵ ਸੀ ਕਿ ਕਈ ਗੁਰਸਿੱਖਾਂ ਦੇ ਘਰ ਬੱਚੇ ਨੇ ਜਨਮ ਲੈਣਾ, ਹਲੇ ਮਾਤਾ ਕਹਿ ਮਨ ਬਹੁਤ ਵਿਗਾਸ ਹੈ, ਉਦਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ, ਬੱਚਾ ਚੰਗਾ ਹੋਵੇ, ਬੱਚੇ ਦੀ ਰੱਖਿਆ ਹੋਵੇ, ਬੱਚੇ ਤੇ ਮਿਹਰ ਰਹੇ, ਮਹਾਰਾਜ ਕਿਰਪਾ ਕਰੇ। ਤੋ ਅੱਜ ਜਿਹੜਾ ਹੁਣ ਇਹ ਸ਼ਬਦ ਆਰੰਭ ਕੀਤਾ ਆਪਾਂ 177 ਅੰਗ ਤੇ ਇਹ 75ਵਾਂ ਸ਼ਬਦ ਹੈ, ਇਹਦਾ ਅਭਿਆਸ ਕਰਨਾ ਕੋਈ ਮਾੜਾ ਨਹੀਂ ਹੈ ਉਹਨਾਂ ਮਾਤਾਵਾਂ ਲਈ ਜਿਨ੍ਹਾਂ ਨੇ ਬਾਲਕਾਂ ਨੂੰ ਜਨਮ ਦੇਣੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਨੇ ਇੱਥੇ ਇਸ ਚੀਜ਼ ਦਾ ਸੰਕੇਤ ਦਿੱਤਾ ਜਿਨ ਕੀਤਾ ਮਾਟੀ ਤੇ ਰਤਨ। ਜਿਸ ਪਰਮੇਸ਼ਰ ਨੇ ਪੰਜਾਂ ਤੱਤਾਂ ਰੂਪੀ ਮਿੱਟੀ ਤੋਂ ਅਮੋਲਕ ਰਤਨ ਰੂਪੀ ਮਨੁੱਖਾ ਜਨਮ ਪੈਦਾ ਕੀਤਾ ਹੈ, ਗਰਭ ਮਹਿ ਰਾਖਿਆ ਜਿਨ ਕਰ ਜਤਨ ਪੁਨਾ, ਜਿਸ ਪਰਮੇਸ਼ਰ ਨੇ ਆਪਣੇ ਯਤਨ ਕਰਕੇ ਜੀਵ ਨੂੰ ਮਾਤਾ ਦੇ ਗਰਭ ਦੇ ਵਿੱਚ ਰੱਖਣਾ ਕੀਤਾ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ, ਆਨੰਦ ਸਾਹਿਬ ਦੇ ਵਿੱਚ ਆਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੀ ਜੀ ਤੁਹਾਡੀ ਬਈ ਲੋੜ ਹੈ ਉਹ ਜਿਹਾ ਸ਼ਬਦ ਪੜ੍ਹ ਲਿਆ ਕਰੋ। ਇਹ ਤਾਂ ਵਿਚਾਰ ਹੈ, ਕਈਆਂ ਨੂੰ ਸ਼ਬਦ ਹੀ ਨਹੀਂ ਆਉਂਦਾ, ਕਈ ਕੰਠ ਨਹੀਂ ਕਰ ਸਕਦੇ, ਲੱਭਦਾ ਨਹੀਂ, ਫਿਰ ਸਿਰੇ ਦੀ ਸਿਰੇ ਇੱਕੋ ਗੱਲ, ਫਿਰ ਮੂਲ ਮੰਤਰ ਕਰੀ ਜਾਓ ਬਸ। ਜੇ ਨਹੀਂ ਕੰਠ ਕਰ ਸਕਦਾ ਕੋਈ, ਨਹੀਂ ਪੜ੍ਹਨਾ ਆਉਂਦਾ ਕਿਸੇ ਨੂੰ, ਮੂਲ ਮੰਤਰ ਤਾਂ ਹਰ ਕੋਈ ਕੰਠ ਹੀ ਕਰ ਸਕਦਾ ਹੀ ਹੈ। ਇੰਨਾ ਤਾਂ ਕੋਈ ਕੀ ਕਹੇਗਾ ਕਿ ਮੈਂ ਅਨਪੜ੍ਹ ਹੀ ਹਾਂ, ਸਾਨੂੰ ਕੰਠ ਨਹੀਂ ਹੁੰਦਾ। ਫਿਰ ਉਹ ਗਾਣਾ ਕਿਵੇਂ ਯਾਦ ਕਰ ਲਿਆ? ਗਾਣੇ ਤਾਂ ਸਾਰੇ ਯਾਦ ਨੇ, ਕਰਨ ਤਾਂ ਭਾਵੇਂ ਸਾਰੇ। ਹੁਣ ਬਾਬਾ ਸੁੰਦਰ ਸਿੰਘ ਜੀ ਖਾਲਸਾ ਦੇ ਪਿਤਾ ਜੀ ਬਾਬਾ ਖਜਾਨ ਸਿੰਘ ਜੀ ਨੂੰ ਸਾਰਾ ਸਰੂਪ ਹੀ ਕੰਠ ਸੀ ਮਹਾਰਾਜ ਦਾ। ਉਹ ਕਿਹੜਾ ਸਕੂਲ ਗਏ ਸੀ ਕਦੇ? ਕੰਠ ਹੀ ਕੀਤਾ ਹੋਇਆ ਸੀ ਉਹਨਾਂ ਦਾ। ਆਹ ਟਕਸਾਲ ਵਾਲੇ ਸਾਰੇ ਮਹਾਂਪੁਰਖਾਂ ਨੂੰ ਪੰਜ ਗ੍ਰੰਥੀ ਤਾਂ ਕਿੰਨੀਆਂ ਹੋਰ ਬਾਣੀਆਂ, ਵੈਸੇ ਹੀ ਕੰਠ ਹੁੰਦੀਆਂ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਸੁੱਤੇ ਪਏ ਕਈ ਵਾਰੀ ਸ਼ੁਰੂ ਕਰ ਲੈਣਾ ਪਾਠ, ਸਿੰਘਾਂ ਨੇ ਪੋਥੀ ਪ੍ਰਕਾਸ਼ ਕਰਕੇ ਸੁਣਨਾ, ਸੁੱਤੇ ਪਏ ਬੋਲੀ ਜਾਂਦੇ ਹੁੰਦੇ ਸੀ। 40-40 ਪੱਤਰੇ ਸੁੱਤੇ ਪਏ ਬੋਲ ਜਾਂਦੇ ਸੀ, 40 ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਸੁੱਤੇ ਪਏ ਬੋਲਣੇ ਕਿਤੇ ਛੋਟੀ ਜਿਹੀ ਗੱਲ ਨਹੀਂ ਹੈ। ਆਪਣੇ ਕਿਤੇ ਇੱਥੇ ਮੂੰਹ 'ਚ ਕਿਤੇ ਸੁੱਤੇ ਪਿਆ ਪੰਗਤੀ ਕਾਜੇ 20 ਜਾਣੇ ਦੱਸਦੇ ਹੈ, ਮੈਂ ਸੁੱਤਾ ਸੀ ਅੱਜ ਮੇਰੇ ਮੂੰਹ 'ਚ ਨਾ ਜੀ ਜਪਜੀ ਸਾਹਿਬ ਸੀਗਾ। ਉੱਥੇ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਹੈ, ਕਿਉਂਕਿ ਜਿਹਦੇ ਹਿਰਦੇ 'ਚ ਹੈ ਉਹਦੇ ਮੂੰਹ 'ਚ ਹੈ, ਹਿਰਦੇ 'ਚ ਵਸਿਆ ਹੋਣ ਕਰਕੇ ਹੀ ਆਪਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਮੂਲ ਮੰਤਰ ਪੜ੍ਹਦੇ ਹਾਂ। ਜੇ ਹੁਣ ਮੈਨੂੰ ਜਪਜੀ ਸਾਹਿਬ ਕੰਠ ਹੈ, ਮੈਂ ਸੁੱਤਾ ਪਿਆ ਸਾਰਾ ਕੰਠ ਜਪਜੀ ਸਾਹਿਬ ਪੜ੍ਹ ਲਵਾਂ, ਤਾਂ ਇਹ 'ਚ ਕੋਈ ਹੈਰਤ ਵਾਲੀ ਗੱਲ ਨਹੀਂ ਹੈ। ਸੁੱਤੇ ਪਈ ਗੱਲ ਚੌਪੀ ਸਾਹਿਬ ਦਾ ਪਾਠ ਹੁੰਦਾ, ਕਈ ਵਾਰੀ ਪੂਰੇ ਪੂਰੇ ਸ਼ਬਦ ਦੀ ਕਥਾ ਹੋ ਜਾਂਦੀ ਸੁੱਤੇ ਪਿਆ। ਸੰਗਤ ਆਈ ਬੈਠੀ ਹੁੰਦੀ ਆ, ਬੜੀ ਸੰਗਤ ਬੈਠੀ,
शब्द दी कथा होई जांदी है। जब हम होते तब तू नाही एक बार सुपने विच संत बाबा करतार सिंह जी खालसे ने सारी कथा कीती। जब हम होते तब तू नाही, बाद विच मैं एक प्रशंसा नहीं करदा, मैं दस दूं अवस्था दी किवें हुंदी। वाहिगुरु माफ करे सच्चे पातशाह, तुसी भी करियो, सिर्फ दसण नाल थोड़ा हौसला वधदा है। महापुरख कहण लगे इसे शब्द की कथा हुण भाई ठाकर सिंह करेगा, मैनू ताबे बिठाता, फिर मैं शुरू कर ली कथा सुपने च। फिर वह सारे शब्द की कथा करती, मैं बड़ा हैरान हो भी नाले तुसी करती, कहने हुण तू भी कर लैदी कथा। इस करके है कि यह सारी गल ऐसी है कि अकाल पुरख की कृपा, मेरे सुनाउण दा कोई भी प्रयोजन अपने हंकार नूं वधाउण दा जां अपनी शोभा करन दा नहीं हुंदा। मेरा तो मतलब है कि तुसी विश्वास करो, तुसी लगो इस पासे नूं कि सुत्तिआं पिआं तुसी सारा जपजी साहब पढ़ो, किन्नी चंगी गल है, मौजां लग जाण आपां नूं। जिन्हां नूं सुखमनी साहब कंठ है, कई बार साडे उस्ताद जी जिन्हां ने सानूं संथिया कराई है, भगत जसवंत सिंह जी दौधर वाले, वह अजकल इधर ही कनेडा च ने, उस्ताद जी सुते पए हुए सुखमनी साहब का पाठ करी जाते होंगे। सुते पे से रात को उठ के बैठना भी ताले नहाते धोते ने लम्मे पे ने सुते पे कर सिमरो सिमर सिमर सुख पावो, उन्हें ज्यों शुरू करना सारा पाठ ही सुते पे ही करी जाना। मैं महापुरखा को गल की, मैं भगत जी इदा करते रहते, कहने वह सुता पे ही पाठ, कहने वह तो मसा हटाया असी तो खेतों में जाता सवेरे भी किरिया करन जांदा भी उच्ची उच्ची करी जांदा हुंदा सी पाठ। कहिंदे फिर महापुरखां टोको भाई इहनां नहीं करीदा हुंदा, वाहिगुरू वाहिगुरू कर लिया कर। बहुत बरागी जीवन उहनां दा, सो इस करके है त्यागी भी है, खाने पीने दा भी बहुत संकोच रखना, शरीर दा भी बराग रखना हर वक्त मन च। उहनां कहिणा जे तुहानू कदे कोई विकार तंग करदा, फिर धन गुरु अर्जन देव जी शहीदां दे सरताज, धन गुरु तेग बहादुर साहब शहीदां दे सरताज, वह सानू इदां कही जांदे हुंदे सी। हुण भी उहनां दा इंटरनेट ते भरिया, हुण भी उहनां दीआं पुस्तकां छपियां होईआं, उहनां विच भी उही चीज़ लिखी जांदे आ। इस करके क्योंकि वह चीज़ सामने आउण करके आपां नूं उहनां बारे सारी गल दसणी है। तो सतगुरु महाराज कहिंदे जे तुहाडी बिरती नहीं, सुत्तिआं पिआं तुसीं जिहड़ा कम करदे हो उस कम च तुहाडी बिरती है। कई बार तुसीं सुत्तिआं पिआं गड्डी चला रहे हो, सुत्तिआं पिआं तुसीं जॉब ते जा रहे हो, क्योंकि तुहाडे मन च बसी होई आ। सुत्तिआं पिआं दुकानदार दुकान ते चला जांदा रात नूं, पर सुत्तिआं पिआं रब दे प्यारे नाम जपी जांदे ने। कीर्तन वाले कई बार दसदे उठ के सुत्ते पे कीर्तन करी जांदे हो, इह सुभावक बिरती बन जांदी आ। जिहड़ा कोई दिने किरिया करदा उही रात नूं करदा सुत्ते पिआं, कोई भी बंदा जिहड़ी भी किरिया करदा उह सुत्ते पिआं ही करी जांदा। इस करके सतगुरु महाराज सच्चे पातशाह कहिंदे ने कि दिने जे ज्यादा बाणी पढ़ोगे तो सुते भी पढ़ोगे। कई कहने सुते, महाराज कहते उठत बैठत सोवत नान नाम कहो नानक जन कै सतकाम, कहने सुते पे किवें बंदा पढ़ सकता, तो सुते पे ताइए पढ़ोगे जे जागदे पढ़ोगे, जे जागदे ही नहीं पढ़ोगे फिर सुते किवें पढ़ोगे। जे बाणी कंठ हो फिर ही पढ़ांगे सुपने च। इस करके सतगुरु कह रहे सुत्तिआं पिआं ही पाठ करी जाया करो, वह तां करोगे जे दिने। उहदे विच भी एक तरीका, रात नूं सौण लग्गिआं सोलह पढ़ के, वैसे तो अद्धा घंटा सिमरन करना चाहिए सौण तो पहला, पर चलो हुण ग्रिस्ती थक्या नींद आ रही, पांच क मिनट सिमरन कर लो, वाहिगुरू 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 करदे 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 सौ जाओ। कई बार वह सारी रात ही सिमरन हुंदा रहिंदा। इस करके महाराज ने अज आपां नूं उपदेश कीता, जिन दीनी सोभा वडियाई तिस प्रभ कौ आठ पहर ते आई। जिस परमेश्वर ने आपां नूं शोभा दित्ती, इन्नी वडियाईयां दित्तियां इन्नियां, उसे वाहिगुरु नूं अठे पहर रात दिन ध्याउणा कर, इन्नी तां उहने वडियाई देती, इन्नी शोभा देती है। सो जिवें कोई प्रेमी बारे कोई दस रहा सी, उहनां दा रिश्तेदार कहिंदे हुण सारी जिंदगी कदे नाम नहीं जपिआ, आप उह अमृतधारी सी, बीबी सी, उहनां दा भरा जिहड़ा न्यूयॉर्क रहिंदा, उह कहिंदे उह न्यूयॉर्क रहिंदा उहनां कदे रब दा नाम नहीं लिआ, ब्याह भी इधरली किसी ना कराया, बच्चे भी हो गए अगे। कहने एक दिन बड़ा वधिया बैड लिया, $5,000 का बैड, बड़ा सोहना लिया, बैठा बैठा बैड तो थले उतर के बह गया। कहने रब ने सारा कुछ दिता, मैं उहदा कदे नाम ही नहीं जपिया, देखो मैनू सारा कुछ दिता। ऐसा बराग होया इन्नी गल तो ही, तो हुण अमर छकना उन्होंने विसाखी ते। कहना भई आपां तां अमर छके, रब ने इन्ना कुछ दिता असी नाम ही नहीं जपदे उहदा। इस करके जो बराग लगता पता ही नहीं लगता किहड़े वेले लग जाता जीव नूं। तां सतगुरु महाराज कहिंदे आठ तिस प्रभ को आठ पहर त्याई, जिन्हें इन्नी वडियाई दित्ती शोभा दित्ती पैसा, तो तेनू त्याउंदिआं की हुंदा बई,
ओनू ध्याया कर, अठे पैर नाम जपया कर, शुकराना करया कर। ओदा रमैया रेन साध जन पावो, गुर मिले अपना खसम ते आवो रहाओ। परमेश्वर दे प्यारे संत जिन्हां दी चरण धूड़ प्राप्त करो, जे प्यारा मिल जे परमेश्वर दा, नहीं मिलदा नहीं सही संगत दी लै लो चरण धूड़ी। तो महाराज सच्चे पातशाह कहिंदे गुरां नाल मिलके अपने मालक परमेश्वर नूं ध्याउणा करो, पहला गुर मिल अपना खसम ते आवो। गुरां दे नाल मिलके संगत विच बह के परमेश्वर नूं ध्याउणा करो, इहदा महात्म ज्यादा है। जिस वाहिगुरु ने इन्नी कृपा की अपने सारिआं ते, जिन कीता मूढ़ ते बखता, जिस परमेश्वर ने मूढ़ मूर्ख तो सानू बखते पंडित बनाता, सियाने बनाता, जिहदी कृपा हो गई, उन्हें इहो जिही कृपा की आ छज्जू झौर दे सिर ते हथ रख के। महाराज सच्चे पातशाह आप ही कराउंदे सारा कुछ, आपां नूं किहड़ा कुछ आउंदा हुंदा। जिंदगी च आपां देखिए दो चार दस बंदिआं नूं अमर छका दईए, सुधार दईए, कोई खास गल नहीं, चलो हो गया, पर लखां बंदिआं दा उधार होना यह फिर बंदे दे वस नहीं है, यह तो फिर वह आप ही करदा, परमेश्वर ही कर रहा सारा कुछ, सतगुरु आप करते ने। यह आ कि बंदे नूं मूहरे कर लैंदे ने भी यह करदा, पर बंदे नूं भी समझना चाहिए कि मैं नहीं करदा, मेरे च की हिम्मत है मैं किसी नूं मना दें, कुछ कहा दें, कुछ जपा दें। करी वह आप ही जाते हैं गुप्त रूप दे विच हो के, वडियाई किसी नूं होर दे दिंदे ने, उहनां दी मर्जी है। जिन कीता बे सुरत ते सुरता, जिस परमेश्वर ने बेसुरत जिहड़ा अग्ञानी अग्ञात जीव सी उहनूं सुरता ज्ञाता ज्ञान गे कर दिता, बेसमझ तो समझ वाला बना दिता। जिस प्रसाद नवै निध पाई, सो प्रभ मनते बिसरत नाही। जिस परमेश्वर की कृपा नाल नौ निधियां प्राप्त करी दियां ने, वह वाहिगुरु साडे मन तो भुलदा नहीं है, बहुत कुछ दिता उहने सानू। जे आपां इह कहीए कि रब ने मैनूं दिता की आ, दिता बहुत कुछ दिता होया, जे मनुखा देही सोहणी मिल गई इहदे नालों वड्डी कहड़ी चीज़ है, सब कुछ दिता। यह दिता लिया इहनूं छड्डो, नाम वाले पासे ज़्यादा चलो, परमेश्वर दे नाम ने जो करना, उहदे शब्द ने जो करना, उहदे वचन ने जो करना, वह आपां नहीं कर सकते। जिन दिया निथावे कौ थान, जिन दिया निमाने कौ मान। जिस परमेश्वर ने साडे वर्गे नथावें नूं प्रतख थां दिता, रहण नूं घर दिता, सरूप रूपी अंदरला थां दिता, दोनों ही भाव अर्थ है इहदे। फिर जिस परमेश्वर ने नमाणे नूं माण दिता, नमाणियां नूं माण देण वाला वाहिगुरु, उहदी कृपा है सानूं नमाणियां नूं माण दिवाउंदा है, उहदी मर्जी है। कई वार इन्ने पढ़िया लिखिया नूं नहीं दिवाउंदा, कई नाम जपण वाले अनपढ़ां नूं माण नमाण दवा, सब कुछ दवा दिंदा, घर घाट दे दिंदा। जिन कीनी सब पूर्ण आसा, सिमराओ दिन रैन सास गिरासा। जिस वाहिगुरु ने सारियां दी आसा पूर्ण कीती है, उस वाहिगुरु ने सारियां आसा पूर्ण कीतियां ने, उस वाहिगुरु नूं रात दिन श्वास लैंदियां ते ग्रास दा रोटी खांदियां भी, जपो भोजन खांदियां भी, अंदर बाहर श्वास आउंदियां जांदियां सिमरन करी जाओ। एक बड़ी वड्डी अमृत जे बनाउणा होवे, रोटी नूं अमृत बनाउणा होवे ना, पाणी नूं दुध नूं गल्लां ना करो, उदों रोटी खाण विच रोटी खांद्या खांद्या सुरती नाल ही पाठ करी जाओ, नाले बुरकी खाई जाओ, वो बुरकी ही अमृत बन के अंदर चली जाती है, पानी की घुट भी अमृत बन जाता, वो दुध भी अमृत बन जाता है, क्योंकि जो सुरती नाल पाठ किया रोटी खांद्या खांद्या, ये गल्लां आम लोग नहीं करते, ये गल्लां जिहड़ियां चीज़ां दसी दियां ये संप्रदावां दे अंदर टकसाल दे विच जां महापुरखां दे कोल हुंदे, बाहर दुनिया ते किते करदी नहीं चीज़ां, वह फिर लोग हसते भी ये गल्लां कित्थों लियांदियां, एक होर ही गल दसी जांदा, ये गल तुहानूं पता किद्दां, ये गल नहीं कोई दसदा। तुसीं सिर्फ महापुरखां बारे जाणदे हो, पर असीं महापुरखां तुसीं बाहरों जाणदे हो, असीं इहनूं अंदरों जाणदे। रोटी खांदे असीं गल्लां करदे सी, तीन चार जणे पहलां भी दस्सिया, ओल्लियों निकले सामने, क्यों बई तो रोटी खांदे पाठ नहीं हुंदा, गल्लां करी जांदे हो। असीं कहा जी रोटी खांदे पाठ किद्दां कहने, कहने सुरती नाल, वो साडे लागे बह गए आके तप्पड़ ते, चलो करो पाठ, गल्लां नहीं करनियां। असीं सुरती नाल अंदर ही अंदर जपजी साहब शुरू किया, रोटी की एक एक बुरकी खांदे गए खांदे गए, बहुत हौली हौली प्रशादा छक के जदों जपजी साहब पूरा कर लिया ना रोटी खांद्या, कहने लगा हुण अज देखियो मन किन्ना टिकदा, क्योंकि जैसा अन्न तैसा मन, जिही जी रोटी खाने उह जिहा प्रभाव पैंदा मन दे उत्ते। रोटी घरे बना के खाओ,
ਸੁਚਮ ਨਾਲ ਬਾਣੀ ਪੜ੍ਹਦੇ ਹੋ ਉਹਦਾ ਵੱਖਰਾ ਅਸਰ ਹੈ। ਰੋਟੀ ਗੱਲਾਂ ਕਰਦੇ ਬਣਾਓ ਉਹ ਹੋਰ ਹੈ। ਰੋਟੀ ਕਿਸੇ ਦੇ ਘਰ ਖਾਓ ਉਹਦਾ ਹੋਰ ਅਸਰ ਹੈ। ਰੋਟੀ ਹੋਟਲ 'ਤੇ ਖਾਓ ਉਹਦਾ ਵੱਖਰਾ ਅਸਰ ਹੈ। ਰੋਟੀ ਰੋਟੀ ਦਾ ਵੀ ਅਸਰ ਪੈਂਦਾ। ਜਿੱਦਣ ਆਪਾਂ ਘਰ ਆਪਣੇ ਹੱਥੀਂ ਬਣਾਉਂਦੇ ਰੋਟੀ ਨਾਲ ਪਾਠ ਕਰਦੇ ਹਾਂ ਉਦੋਂ ਤੁਹਾਨੂੰ ਸਵੇਰੇ ਉੱਠਣ 'ਚ ਵੀ ਦਿੱਕਤ ਨਹੀਂ ਆਉਣੀ, ਮਨ ਦੇ ਟਿਕਾਉਣ ਵਿੱਚ ਵੀ ਦਿੱਕਤ ਨਹੀਂ ਆਉਣੀ, ਉਦਣ ਸਾਰੀ ਮੁਸ਼ਕਲ ਹੱਲ। ਅਤੇ ਜਿੱਦਣ ਖਾ ਲਈ ਰੋਟੀ ਬਾਹਰ ਉਦਣ ਹੀ ਕੰਮ ਖਰਾਬ ਹੋ ਜਾਂਦਾ। ਰੋਟੀ ਦਾ ਫਰਕ ਹੈ। ਆ ਸਾਡੇ ਤਾਂ ਭਾਈਚਾਰਾ ਰੋਟੀ ਖਾਂਦਾ ਹੀ, ਤੁਹਾਨੂੰ ਪਤਾ ਸਾਰਿਆਂ ਨੂੰ ਵੀ ਕਿੰਨਾ ਬੋਝ ਪੈਂਦਾ। ਕਈ ਵਾਰ ਕਿਸੇ ਦੀ ਰੋਟੀ ਖਾ ਕੇ ਆ ਕੇ ਦੋ ਦੋ ਦਿਨ ਨਹੀਂ ਉੱਠ ਸਕਦੇ। ਰੋਟੀ ਇੰਨੀ ਭਾਰੀ ਹੋ ਜਾਂਦੀ, ਲੋਕ ਤਾਂ ਸਾਰਿਆਂ ਤੋਂ ਸੁਹਾ ਕੇ ਹੀ ਦਿੰਦੇ ਨੇ। ਲੋਕ ਇੱਛਾ ਕਰਕੇ ਰੋਟੀ ਖਵਾਉਂਦੇ ਨੇ ਕਿ ਸਾਡਾ ਕੰਮ ਬਣ ਜੇ, ਸਾਡੀ ਆਹ ਬਿਮਾਰੀ ਹਟ ਜੇ, ਭਾਈਆਂ ਨੂੰ ਬਿਮਾਰੀ ਲੱਗ ਜੇ। ਭਾਈਆਂ ਨੂੰ ਲਾ ਦਿੰਦੇ ਸਾਰੀ ਸੰਤਾਂ ਮਹਾਤਮਾ ਨੂੰ, ਜਿਵੇਂ ਕੋਈ ਮਾਈ ਸੀਗੀ ਉਹ ਮਹਾਤਮਾ ਖੜੇ ਜਾ ਕਰਕੇ ਜਦੋਂ ਖੜੇ ਹੋਏ ਦਰਵਾਜ਼ੇ 'ਤੇ ਸਤਨਾਮ ਵਾਹਿਗੁਰੂ ਕਿਹਾ, ਮਾਈ ਨੇ ਰਾਤ ਦੀਆਂ ਦੋ ਵਿਹੀਆਂ ਰੋਟੀਆਂ ਸੀ ਸਾਰਿਆਂ ਡੰਗਰਾਂ ਤੋਂ ਸੁਹਾ ਕੇ, ਬੱਚਿਆਂ ਤੋਂ ਸੁਹਾ ਕੇ, ਕਹਿੰਦੇ ਲਓ ਬਾਬਾ ਜੀ ਰੋਟੀ। ਮਹਾਤਮਾ ਦੇਖਦੇ ਸੀ, ਕਹਿੰਦੇ ਮਾਤਾ ਜੀ ਉਹ ਕੱਟਾ ਰਹਿ ਗਿਆ ਉਹ ਤੋਂ ਵੀ ਸੁਹਾ ਦਿੰਦੇ, ਉਹਦੀਆਂ ਬਿਮਾਰੀਆਂ ਵੀ ਹਟ ਜਾਂਦੀਆਂ। ਸਾਧ ਨੂੰ ਤਾਂ ਕਹਿੰਦੇ ਮਾਰਨ ਨੂੰ ਫਿਰਦੇ ਹੁੰਦੇ ਲੋਕ ਵੀ ਇਹ ਮਰ ਜੇ ਕੋਈ ਗੱਲ ਨਹੀਂ, ਸਾਡੇ ਨਿਆਣੇ ਜਿਉਂਦੇ ਰਹਿਣ। ਇਸ ਕਰਕੇ ਜਦੋਂ ਆਪਾਂ ਨੂੰ ਕੋਈ ਰੋਟੀ ਖਵਾਉਂਦਾ ਹੈ ਉਹਦੇ ਵਿੱਚ ਕੀ ਆ ਆਪਾਂ ਨਹੀਂ ਜਾਣ ਸਕਦੇ। ਫਿਰ ਹੋਟਲਾਂ ਦੇ ਵਿੱਚ ਨਾਲ ਜਰਦਾ ਮਲਦੇ ਹੁੰਦੇ ਆ, ਉਧਰੋਂ ਬੀੜੀਆਂ ਸਿਗਰਟਾਂ ਪੀਂਦੇ ਆ, ਸ਼ਰਾਬੀ ਹੁੰਦੇ ਆ, ਉਹ ਕਿਹੜਾ ਅੰਮ੍ਰਿਤਧਾਰੀ ਹੁੰਦੇ ਆ। ਫਿਰ ਉਹ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਖਾਂਦੇ ਪਹਿਰਦੇ ਹਾਂ ਤਾਂ ਉਹਦਾ ਪ੍ਰਭਾਵ ਕੱਟਣ ਲਈ ਕਿਰਪਾਨ ਭੇਟਾ ਕੀਤੀ ਜਾਂਦੀ ਸੀ। ਉਹ ਬੰਦ ਕਰਤੀ ਸਾਰੇ ਪੰਥ ਨੇ, ਕੋਈ ਕਿਰਪਾਨ ਭੇਟਾ ਤਾਂ ਨਹੀਂ ਕਰਦਾ ਹੁਣ। ਰਸੋਈ 'ਚ ਖੜੇ ਹੀ ਖਾਈ ਜਾਂਦੇ ਨੇ, ਉੱਥੇ ਜੂਠ ਜਾਠ ਦੀ ਫਲਾ 'ਤੇ, ਉੱਥੇ ਜੁੱਤੀਆਂ ਲੈ ਕੇ ਚਲੇ ਗਏ। ਇਹ ਇੱਕ ਥਾਂ ਦੀ ਗੱਲ ਨਹੀਂ, ਸਾਰੀ ਦੁਨੀਆਂ ਦੀ ਗੱਲ ਹੀ ਹੈ। ਹੁਣ ਫਿਰ ਜੇ ਉਹ ਵੀ ਰਿਹਾ ਨਹੀਂ ਤਾਂ ਹੁਣ ਰੋਟੀ ਖਾਂਦੇ ਹੋਏ ਫਿਰ ਟੀਵੀ ਲਾ ਲਿਆ, ਉਹ ਫਿਰ ਟੀਵੀ ਲਾ ਲਿਆ ਤਾਂ ਹੋਰ ਕੰਮ ਖਰਾਬ ਹੋ ਗਿਆ। ਫਿਰ ਬਿਮਾਰੀਆਂ ਕਿੱਥੋਂ ਪੈਦਾ ਹੁੰਦੀਆਂ? ਇੱਥੋਂ ਹੀ ਖੜਾ ਹੁੰਦਾ, ਸਭ ਬਿਮਾਰ ਖਾਨਾ ਇੱਥੋਂ ਹੀ ਪੈਦਾ ਹੁੰਦਾ। ਸਾਡੀ ਰੋਟੀ ਤੋਂ, ਪਾਣੀ ਤੋਂ ਹੀ ਆਪਾਂ ਸਾਰਾ ਕੁਛ, ਹਾਲਾਂਕਿ ਇੱਥੇ ਪਾਣੀ ਇੰਨਾ ਸਾਫ਼ ਫਿਲਟਰ ਕਰਕੇ ਪੀਂਦੇ ਹਾਂ, ਇੱਥੇ ਇੰਨੀ ਸਫਾਈ ਸਭ ਕੁਛ ਹੈਗਾ, ਪਰ ਫਿਰ ਵੀ ਬਿਮਾਰੀ ਜ਼ਿਆਦਾ ਹੈ। ਕਿਉਂ? ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਿਮਾਰੀ ਨਹੀਂ ਜਾਂਦੀ। ਕਿਰਪਾਨ ਭੇਟਾ ਵਾਲਾ ਕੰਮ ਮੁੱਕਿਆ, ਪਰ ਰੋਟੀ ਖਾਂਦਿਆਂ ਫਿਰ ਟੀਵੀ ਤਾਂ ਨਾ ਲਾਓ, ਫਿਰ ਉੱਥੇ ਸਿਮਰਨ ਕਰਨ ਬਹਿਣਾ। ਜਾਂ ਰੋਟੀ ਖਾਂਦਿਆਂ ਆਪਾਂ ਨਿਤਨੇਮ ਅੰਦਰੇ ਅੰਦਰ ਮੂਲ ਮੰਤਰ ਦਾ ਅਭਿਆਸ ਕਰੀ ਜਾਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਬੁਰਕੀ ਬੁਰਕੀ ਨਾਲ ਸਿਮਰਨ ਕਰੋ, ਉਹੀ ਰੋਟੀ ਅੰਮ੍ਰਿਤ ਬਣ ਜਾਂਦੀ, ਉਹੀ ਰੋਟੀ ਦਵਾਈ ਬਣ ਜਾਂਦੀ ਹੈ। ਪਰ ਉਹੀ ਰੋਟੀ ਆਪਾਂ ਜ਼ਹਿਰ ਬਣਾ ਲੈਂਦੇ ਜਦੋਂ ਆਪਾਂ ਟੀਵੀ ਦੇ ਗੱਲਾਂ ਕਰ ਪੁੱਠੀਆਂ ਸਿੱਧੀਆਂ। ਡਾਕਟਰ ਕਹਿੰਦੇ ਨੇ ਰੋਟੀ ਖਾਂਦਿਆਂ, ਕਿਉਂਕਿ ਮਹਾਂਪੁਰਖ ਜਾਂ ਪ੍ਰਸ਼ਾਦਾ ਸਕਦੇ ਡਾਕਟਰ ਬਰਾੜ ਹੁੰਦੇ ਸੀ ਅੰਮ੍ਰਿਤਸਰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਕਹਿਣਾ, ਪ੍ਰਸ਼ਾਦਾ ਜਦੋਂ ਸਕਦੇ ਹੋ ਨਾ ਜੀ, ਬੰਦਾ ਨਾ ਕੋਲ ਖੜਾਇਆ ਕਰੋ ਕੋਈ, ਤੁਸੀਂ ਫਿਰ ਗੱਲਾਂ ਕਰੀ ਜਾਂਦੇ ਹੋ, ਤੁਹਾਡਾ ਇਹ ਤਾਂ ਪਤਾ ਲੱਗਦਾ ਤੁਸੀਂ ਖਾਂਦੇ ਕੀ ਹੋ। ਸੰਗਤ ਨੂੰ ਸਭ ਬਾਹਰ, ਸਿਰਫ ਤੁਹਾਨੂੰ ਪ੍ਰਸ਼ਾਦਾ ਛਕਾਉਣ ਵਾਲਾ ਬੰਦਾ ਕੋਲ ਹੋਣਾ ਚਾਹੀਦਾ, ਬਸ, ਦੂਜਾ ਬੰਦਾ ਨਹੀਂ। ਅਤੇ ਰੋਟੀ 'ਚ ਪੂਰਾ ਧਿਆਨ ਦਿਆ ਕਰੋ, ਤੁਸੀਂ ਰੋਟੀ ਖਾਣ ਵੇਲੇ ਧਿਆਨ ਰੱਖਿਆ ਕਰੋ, ਇਸ ਕਰਕੇ ਫਿਰ ਉਹਦੇ 'ਤੇ ਪ੍ਰਭਾਵ ਚੰਗਾ ਪੈਂਦਾ। ਡਾਕਟਰ ਕਹਿੰਦੇ ਨੇ ਰੋਟੀ ਖਾਣ ਵੇਲੇ ਟੀਵੀ ਨਾ ਦੇਖੋ, ਸਾਇੰਸ ਕਹਿੰਦੀ ਰੋਟੀ ਖਾਣ ਵੇਲੇ ਦੇਖੋ, 25,000 ਮੈਗਾਵਾਟ ਬਿਜਲੀ ਆ ਉਹਦੀ ਅਤੇ ਉਹ ਨੁਕਸਾਨ ਕਰਦੀ। ਇਹਨਾਂ ਗੱਲਾਂ ਨੂੰ ਕੋਈ ਮੰਨ ਕੇ ਤਿਆਰ ਹੀ ਨਹੀਂ। ਸਾਰੀ ਸਾਇੰਸ ਗੁਰੂ ਗ੍ਰੰਥ ਸਾਹਿਬ ਤੋਂ ਹੀ ਚੱਲਦੀ ਆ। ਜਿੰਨੀ ਸਾਇੰਸ ਤੁਹਾਨੂੰ ਆਉਣ ਵਾਲੇ ਸਮੇਂ 'ਚ ਗੱਲ ਦੱਸੇਗੀ, ਅਸੀਂ ਪਹਿਲਾਂ ਹੀ ਕਥਾ 'ਚ ਦੱਸ ਦੇਣੀ ਹੁੰਦੀ ਆ ਉਹ, ਪਰ ਇਹ ਆ ਗੱਲ ਵੀ ਇੱਧਰ ਨੂੰ ਲੋਕਾਂ ਦਾ ਪ੍ਰਭਾਵ ਘੱਟ ਹੈ ਤਾਂ ਉੱਧਰ ਨੂੰ ਜ਼ਿਆਦਾ ਮੰਨਦੇ ਨੇ ਕਿ ਸਾਇੰਸ ਨੇ ਗੱਲ ਕਹੀ, ਡਾਕਟਰਾਂ ਨੇ ਕਹੀ ਹੈ। ਜਿਹੜੀ ਇਹ ਸਾਇੰਸ ਆ ਗੁਰੂ ਗ੍ਰੰਥ ਸਾਹਿਬ ਦੀ, ਇਹਨੂੰ ਆਤਮਕ ਸਾਇੰਸ ਕਿਹਾ ਜਾਂਦਾ, ਉਹ ਦੂਜੀ ਸਾਇੰਸ। ਆਤਮਕ ਸਾਇੰਸ ਜ਼ਿਆਦਾ ਵੱਡੀ ਹੈ, ਉਹ ਸਰੀਰਕ ਸਾਇੰਸ ਛੋਟੀ ਹੈ। ਸਤਿਗੁਰੂ ਕਹਿੰਦੇ ਜਿਨ ਕੀਨੀ ਸਭ ਪੂਰਨ ਆਸਾ, ਸਿਮਰੋ ਦਿਨ ਰਹਿਣ ਸਾਸ ਗਰਾਸਾ। ਰੋਟੀ ਖਾਂਦਿਆਂ ਵੀ ਗਰਾਸ ਹੁੰਦਾ, ਬੁਰਕੀ ਪਾਉਣ ਨਾਲ ਵੀ ਸਿਮਰੋ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਗੁਰਪ੍ਰਸਾਦ ਅੰਮ੍ਰਿਤ ਬਿਖ ਖਾਟੀ। ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਮਾਇਆ ਦੀ ਸਿਲਕ ਹੁੰਦੀ ਫਾਹੀ ਕੱਟੀ ਗਈ। ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਅੰਮ੍ਰਿਤ ਰੂਪ ਸੁੱਖ, ਵਿਆਹ ਰੂਪ ਦੁੱਖ ਇੱਕ ਬਰਾਬਰ ਖਾਟੀ ਪ੍ਰਾਪਤ ਹੁੰਦੇ ਨੇ। ਭਾਵ ਸੁੱਖ ਤੇ ਦੁੱਖ ਨੂੰ ਇੱਕ ਰੂਪ ਨਿਸ਼ਚੇ ਕਰ ਲਿਆ ਗੁਰਸਿੱਖ ਨੇ। ਗੁਰਾਂ ਦੀ ਕਿਰਪਾ ਨਾਲ ਬਿਖ ਰੂਪ ਸੰਸਾਰ ਵਿੱਚ ਅੰਮ੍ਰਿਤ ਰੂਪ ਨਾਮ ਖਾਟੀ ਪ੍ਰਾਪਤ ਕੀਤਾ। ਕਹੋ ਨਾਨਕ ਇਸ ਤੇ ਕਿਛ ਨਾਹੀ, ਰਾਖਣ ਹਾਰੇ ਕਹੋ ਸਾਲਾਹੀ। ਮਹਾਰਾਜ ਕਥਨ ਕਰਦੇ ਜੀਵ ਤੋਂ ਕੁਛ ਵੀ ਨਹੀਂ ਹੁੰਦਾ। ਜੇ ਤੁਸੀਂ ਕਹੋ ਫਲਾਨੇ ਨੇ ਐਂ ਕਰਤਾ, ਫਲਾਨਾ ਐਂ ਕਰ ਦੇਵੇਗਾ, ਮੂੰਹ ਦੀਆਂ ਗੱਲਾਂ ਹੁੰਦੀਆਂ। ਕੋਈ ਬੰਦਾ ਤੁਹਾਨੂੰ ਕਹਦੇ ਮੈਂ ਐਂ ਕਰ ਦੂੰਗਾ, ਇਹ ਇੱਕ ਗੱਲ ਹੈ। ਜਦੋਂ ਕਰੇਗਾ ਉਦੋਂ ਦੇਖਾਂਗੇ। ਕਹਿਣਾ ਹੋਰ ਹੁੰਦਾ, ਕਰਨਾ ਹੋਰ ਹੁੰਦਾ। ਜੇ ਕੋਈ ਬੰਦਾ ਕਮਜ਼ੋਰ ਜਿਹਾ ਸੀ, ਉਹਨੂੰ ਕੋਈ ਬੰਦੇ ਨੇ ਮਾਰਿਆ ਕਿਸੇ ਗੱਲੋਂ,
ਉਹ ਕਹਿੰਦਾ ਮੈਂ ਤੈਨੂੰ ਦੇਖੂੰਗਾ। ਉਹਨੇ ਫਿਰ ਇੱਕ ਹੋਰ ਥੱਪੜ ਮਾਰਿਆ। ਉਹ ਕਹਿੰਦਾ ਸਾਡੀ ਗਲੀ 'ਚ ਆਈ ਫਿਰ ਦੇਖੂ, ਉਹਨੇ ਇੱਕ ਹੋਰ ਥੱਪੜ ਮਾਰਿਆ। ਕਹਿੰਦਾ ਸਾਡੇ ਆਏਗਾ ਨਾ ਘਰੇ ਫਿਰ ਦੇਖਿਆ, ਉਹਨੇ ਹੋਰ ਮਾਰਿਆ। ਕਹਿੰਦਾ ਜਿਹਾ ਜਿਹਾ ਤੂੰ ਉੱਥੇ ਕੁਛ ਕਰੇਂਗਾ ਉਹ ਜਿਹਾ ਇੱਥੇ ਕਰ ਲੈ, ਜਿਹੜਾ ਕੋਈ ਕਰਨਾ। ਕਹਿਣ ਤੋਂ ਭਾਵ ਇਨਸਾਨ ਦੀ ਮੂੰਹ ਦੀ ਬੋਲੀ ਹੁੰਦੀ, ਮੈਂ ਕਰ ਦਿਆਂਗਾ। ਅਸੀਂ ਤਾਂ ਤੈਨੂੰ ਤਦੋਂ ਮੰਨਾਂਗੇ ਜਦ ਤੂੰ ਕਰ ਦੇਵੇਂਗਾ। ਮੂੰਹ ਨਾਲ ਬੋਲਣ ਨਾਲ ਕੀ ਫਾਇਦਾ? ਮੂੰਹ ਨਾਲ ਬੋਲ ਬੋਲ ਕੇ ਤਾਂ ਲੋਕ ਇੱਕ ਦੂਜੇ ਨੂੰ ਡਰਾ ਲੈਂਦੇ ਨੇ, ਮੈਂ ਕਰ ਦਿਆਂਗਾ, ਕੀ ਕਰੇਂਗਾ? ਵਾਹਿਗੁਰੂ ਸਾਡੇ ਵੱਲ ਹੈ, ਤੂੰ ਕੀ ਕਰੇਂਗਾ? ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਤਾਂ ਉਦੋਂ ਕਰੇਂਗਾ ਨਾ ਜਦ ਕਰੇਂਗਾ, ਉਹਨੇ ਤੇਰੀ ਬਾਂਹ ਪਹਿਲਾਂ ਹੀ ਖੜਾ ਦੇਣੀ ਹੈ। ਬੀਰਬਲ ਕਹਿੰਦਾ ਸੀ ਨਾ ਮੈਂ ਆਉਂਦਾ ਹੋਇਆ ਲਊਂ ਟੈਕਸ, ਮਹਾਰਾਜ ਕਹਿੰਦੇ ਜੇ ਮੁੜੇਗਾ ਤਾਂ ਲਏਗਾ, ਰਸਤੇ ਚੋਂ ਨਹੀਂ ਮੁੜਿਆ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜੋ ਰਾਖਣ ਹਾਰੇ ਕੌ ਸਾਲਾਹੀ, ਅਸੀਂ ਤਾਂ ਰੱਖਣ ਵਾਲੇ ਪਰਮੇਸ਼ਵਰ ਨੂੰ ਸਲਾਹੁੰਦੇ ਹਾਂ, ਤੁਸੀਂ ਵੀ ਸਲਾਹੁਣਾ ਕਰੋ। ਉਹਦੇ ਹੁਕਮ ਤੋਂ ਬਾਹਰ ਨਹੀਂ ਕੋਈ ਜਾ ਸਕਦਾ, ਹੁਕਮ ਵਿੱਚ ਹੀ ਸਾਰਾ ਜੀਵ ਕਰਮ ਕਰਦਾ। ਕਹਿੰਦੇ ਤੁਸੀਂ ਵੀ ਉਹਦੀ ਸਲਾਹਤਾ ਕਰਿਆ ਕਰੋ ਰਾਤ ਦਿਨ।